ਸਾਡੇ ਸਾਹਿਬ ਨੇ ਵੀ ਹਰ ਇੱਕ ਦੀ ਮਦਦ ਕੀਤੀ ਹੈ। ਕਿਸੇ ਦੀ ਸ਼ਾਦੀ ਹੈ ਲੈ ਜਾਓ 20,000, ਤੁਹਾਡੇ ਘਰ ਵਿਆਹ 5,000 ਲੈ ਜਾਓ, ਮੈਂ ਪਿੱਟਦਾ ਰਿਹਾ, ਮੈਨੂੰ ਵੀ ਰੇਸੀ ਸਾਈਕਲ ਲੈ ਜਾਓ, ਨਹੀਂ ਲੈ ਕੇ ਬੁੜੀਆਂ ਗਈਆਂ ਸਨ, ਹੁਣ ਮਾਵਾਂ ਵੀ ਚਲੀਆਂ ਗਈਆਂ ਨੇ ਜਿਨ੍ਹਾਂ ਨੇ ਤੁਹਾਨੂੰ ਪਾਲਣਾ ਸੀ। ਚਲੋ ਬੱਚੋ ਸਾਡੇ ਘਰ ਆ, ਬੜੇ ਯਾਰ ਮੇਰੀ ਤਬੀਅਤ ਨੀ ਠੀਕ ਹੈ, ਸਾਡੀਆਂ ਬੁੜੀਆਂ ਪਹਿਲਾਂ ਗਈਆਂ ਸਨ, ਗੱਲ ਸੁਣ ਲਿਆ ਕਰ। ਅੱਛਾ ਹੁਣ ਉਹਨਾਂ ਨੇ ਸਾਨੂੰ ਘਰੋਂ ਕੱਢ ਦਿੱਤਾ, ਲਾਇਆ ਕੀ ਗੱਲ, ਇੱਕ ਗੱਲ ਲੈ ਵੈਸੇ ਇਹ ਦੇਖਦਾ ਰਹੇ ਕੀ ਗੱਲ, ਮੈਨੂੰ ਚਿਮਟੇ ਮਾਰ ਮਾਰ ਕੇ ਘਰੋਂ ਕੱਢਿਆ, ਔਰ ਮਾਰੇ ਵੀ ਸਾਰੇ ਚਿਮਟੇ ਇੱਥੇ ਨੇ। ਰੋਟੀ ਬੜੀ ਖਾਂਦਾ ਨਾ, ਜਦੋਂ ਪੰਜਵੀਂ ਛੇਵੀਂ ਰੋਟੀ ਨੂੰ ਇਹਨੇ ਹੱਥ ਪਾਇਆ, ਹੁਣ ਉਹਨੇ ਕਹਿਣਾ ਹੱਥ ਪਰਾ ਕਰ ਲਾ, ਹੱਥ ਪਰਾ ਕਰ ਲਾ, ਤਾਂ ਸੜੀ ਹੀ ਆ, ਸੜੀ ਰੋਟੀ ਖਾਂਦਾ, ਇਹਨੂੰ ਹੱਥ ਨਾ ਲਾ ਕਰ, ਕਿਉਂ ਮੁੜ ਕੇ ਫਿਰ ਹੱਥ ਡਿਟੋਲ ਨਾਲ ਧੋਣੇ ਪੈਂਦੇ ਨੇ। ਚਲੋ ਭਾਜੀ ਭਜੋ, ਹੁਣ ਕੀ ਨਹੀਂ ਯਾਰ, ਸਾਡੀ ਮਿਹਰਬਾਨੀ ਇਹਦੇ ਕੋਲ ਐ ਕਰ, ਸਾਨੂੰ ਭਾਈ ਗੱਲ ਇਹ ਕਿ ਸਾਨੂੰ ਕੋਈ ਕੰਮ ਸਿਖਾ ਜਿਹਦੇ ਨਾਲ ਅਸੀਂ ਘਰ ਚਲੇ ਜਾਈਏ, ਸਾਨੂੰ ਉਹ ਘਰ ਨਹੀਂ ਬਣਨ ਦੇਣ ਦੀ ਆ, ਅਸੀਂ ਫਕੀਰ ਬਣ ਕੇ ਘਰ ਜਾਣਾ ਚਾਹੁੰਦੇ ਹਾਂ, ਤੂੰ ਸਾਨੂੰ ਬਣ ਕੇ ਵਹਾ, ਫਕੀਰ ਬਣਨਾ ਚਾਹੁੰਦੇ ਹੋ, ਵਾਹ ਬੇ ਵਾਹ, ਅੱਗੇ ਤੁਸੀਂ ਯਮਹਾ ਤੇ ਆਏ ਮਰਦ ਹਜ਼ਰਾਤ ਇੰਜ ਖਲੋਂਦੇ ਨੇ, ਇੰਜ ਹੱਥ ਬੰਨਦੇ ਨੇ, ਯਾ ਇੰਜ ਹੁੰਦਾ, ਇਹ ਵੱਡੀਆਂ ਫੁੱਫੀਆਂ ਆਉਂਦੀਆਂ ਨੇ, ਅੱਜ ਕਿੰਨੀ ਠੰਡ ਆ, ਹਵਾ ਚੱਲਣ ਡਈ ਆ, ਚਾਹ ਤਾਂ ਪਕਾਓ ਭੈਣਾਂ, ਕਿੱਥੇ ਪਕਾਈਏ, ਚੁੱਲ੍ਹੇ 'ਚ ਬੱਤੀਆਂ ਹੀ ਮੁੱਕੀਆਂ। ਉਹ ਵੱਡੀ ਫੁੱਫੀ ਸਬਾਬ ਨਾਲ ਆ ਗਈ ਤੁਹਾਡੇ ਕੋਲ, ਤੁਹਾਨੂੰ ਵਿਆਹ ਹੀ ਦਿਓ ਵਿੱਚੋਂ, ਭਾਈ ਉਹ ਖਿੱਚੀ, ਅਸੀਂ ਦੋ ਵਾਰੀ ਵਿਆਹ ਫੇਰ ਆ ਜਾਂਦੀ। ਆਪਣੇ ਇਮਾਨ ਨਾਲ ਦੱਸੋ ਇਹ ਫੁੱਫੀ ਤੁਸੀਂ ਵਿਆਹੀ ਹੈ, ਕਿਉਂ ਇਹਨੇ ਤੇ ਆਪਣੀ ਮਰਜ਼ੀ ਕੀਤੀ ਹੈ, ਔਰ ਕੁਹਾੜ ਗਈ ਹੈ ਕੁਹਾੜ, ਹਾਂ ਉੱਥੇ ਜ਼ਰਾ ਠੰਡ ਜ਼ਿਆਦਾ ਸੀ। ਅੱਛਾ ਹੁਣ ਚਲੋ ਫਿਰ, ਕਿੱਥੇ ਤਰੀਕਾ ਦੱਸਾ ਯਾਰ, ਸਾਨੂੰ ਫਕੀਰ ਬਣਨ ਦਾ ਤਰੀਕਾ ਦੱਸਿਆ ਸੀ, ਫਕੀਰ ਬਣ ਕੇ ਜਾਈਏ, ਤੁਹਾਡਾ ਜੱਦੀ ਕੰਮ ਹੈ, ਜ਼ਰਾ ਜ਼ਿਹਨ ਤੇ ਜ਼ੋਰ ਪਾਓ, ਉਹ ਨਹੀਂ ਸਾਡੇ ਨਾਲ ਇੱਕ ਗ੍ਰੇਡ ਤੁਹਾਡਾ ਉੱਚਾ ਨਾ, ਅਸੀਂ ਤਾਂ ਇੰਝ ਕਰਕੇ ਮੰਗ ਲੈਂਦੇ ਹਾਂ ਤੇ ਤੁਸੀਂ ਇੱਕੋ ਬਾਲਟੀ ਚ ਉਸੇ ਚ ਛੋਰਾ, ਉਸੇ ਚ ਜਲੇਬੀਆਂ, ਉਸੇ ਚ ਸਾਲਣ ਸਭ ਕੁਝ, ਆ ਤੇ ਅਸੀਂ ਚਾਈਨੀਜ਼ ਮੰਗ ਕੇ ਆਉਂਦੇ ਹਾਂ, ਇੱਦਾਂ ਨੀ ਪਤਾ, ਇੱਕੋ ਬਾਲਟੀ ਚ ਸ਼ੋਰਬਾ ਖੀਰ ਚੌਲ ਸਭ ਕੁਝ, ਪਤਾ ਕਿਉਂ ਪਾਉਂਦੇ, ਆਪਣੇ ਨਾਲ ਰੋਟੀ ਦਾ ਨੁਸਖਾ ਬਣਾਉਣ ਡੈ ਹੁੰਦੇ, ਆ ਤੇ ਸ਼ਹਾ ਵੀ ਤਾਂ ਨੀ ਨਾ ਹੋਈ ਅੱਜ, ਤਿੰਨੇ ਇੱਥੇ ਇੱਥੇ ਤੇ ਨਹੀਂ, ਲਾ ਜੀ ਭਾਜੀ, ਹਾਂਜੀ ਭਾਜੀ, ਇਹਨੂੰ ਕੁੰਡਾ ਲਵਾਓ ਤੇ ਡੋਲ ਹੈ, ਵੈਰੀ ਗੁੱਡ, ਇੱਥੇ ਵੀ ਕੁੰਡਾ ਲਵਾਓ, ਬੁੱਝੀ ਇਸਤਰੀ ਜੇ, ਲੈ ਵੀ ਤੁਹਾਡੇ ਆਪਣੇ ਮੰਗਣ ਦਾ ਕੰਮ ਸਿੱਖੋ। ਅੱਛਾ ਹਾਂਜੀ, ਇਹ ਹੱਥ ਇਸ ਤਰ੍ਹਾਂ ਬਣਾਓ, ਹੱਥ ਵੇਖੋ ਪਹਿਲੇ, ਹੱਥ ਕੀ ਵੇਖਣੇ, ਇਹਨਾਂ ਨੂੰ ਧੋਇਆ ਜਾ ਕੇ, ਧੋਨਾ ਭਾਜੀ ਪਹਿਲੇ ਪਲੇਟ ਤੇ ਧੋਤੀ ਹੈ ਨਾ, ਇਹਨੂੰ ਮੂੰਹ ਲਗਾ ਛੜਾ, ਇਹ ਹੱਥ ਜਿਹੜਾ ਇਹ ਉਹ ਹੱਥ ਨਹੀਂ ਜਿਹੜਾ ਤੇਰੇ ਨਾਲ ਕੋਈ ਕਰ ਗਿਆ, ਕੰਮ ਸਿੱਖੋ, ਐਡਵਾਂਸ ਚਲਾਕੀਆਂ ਨਾ ਦੱਸੋ। ਅੱਛਾ ਅੱਛਾ, ਆ ਇਧਰੋ, ਅੱਛਾ ਇਹ, ਅੱਛਾ ਗੱਲ ਸੁਣ ਲਓ, ਹਾਂ ਇਹ ਇਸ ਤਰ੍ਹਾਂ ਕਰਕੇ ਘਿਓ ਕਿਹੜੇ ਹੱਥ ਨਾਲ ਕੱਢਣਾ ਹੈ, ਘਿਓ ਨਹੀਂ ਭਾਜੀ ਹੈਗਾ, ਮੰਗਤਿਆਂ ਕਦੇ ਮੰਗਣਾ, ਲਾਂਤੀਆਂ ਦਾ ਕੰਮ, ਮੈਂ ਚਾਹ ਸਿੱਖਣ ਡਿਆ, ਮੇਰੇ ਕੋਲ ਮੰਗੀ ਜਾਣਾ। ਅੱਛਾ ਜੀ, ਆਵੇ ਮੰਗਣਾ ਬਹੁਤ ਇੱਕ ਰੁਪਿਆ ਰਾਣੀ ਸ਼ਰੀਆ, ਇੱਕ ਰੁਪਿਆ ਦੇ ਮੌਲਾ ਦੇ ਨਾਲ ਰੁਪਿਆ।
अच्छा मेरा मतलब है जे किसी ने पूछ लिया भी हाथ तो तेरे इस तरह ने जे रुपया दे भी दिता तो खर्चे ना कर देना सारे तुहाडे वर्गे वेले तो नैश नहीं एक रुपया दे के अद्धा घंटा खलोते रहे अगला रुपया रुपया इतने आने ने चलो जी फारग अच्छा यह मतलब है रुपया रुपया देंदे नहीं अपने रुपया स्टैंड ते ला के जाते हैं कम ना सीखना गुफ्तगू च पै लेना लो जी मैं सीख लेना देख लो जी लिया देखी हाँ चलो जी ए फकीर बाण मसल शहीना बाण अच्छा मैनू पैसे कट्ठे करन दे अपना शौक ना पूरा कर देखो जरा ए हाथ इस तरह जी ए देखो ना इस तरह ए देखियो जरा और परे करके आओ चलो जी ਅਜੇ ਫਿਰ ਵੱਡੇ ਵੱਡੇ ਹੁੰਦੇ ਨੇ ਕੁਝ ਦਸਾਂ ਸਾਲਾਂ ਦਾ ਮੰਗਣਾ ਕੁਝ 40 ਸਾਲ ਹੋ ਗਏ ਮੰਗਣਾ ਮੈਂ ਯਾਰ ਆਪਣੇ ਵੱਲੋਂ ਬੜਾ ਬੁਰਾ ਮੂੰਹ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਮਗਰ ਕਿੱਥੇ ਆਪ ਬਣਾਉਣਾ ਕਿੱਥੇ ਅੱਲਾ ਨੇ ਬਣਾਇਆ ਇਹਨਾਂ ਨੂੰ ਇੰਨਾ ਤਜਰਬਾ ਮੰਗਣਾ ਹੁੰਦਾ ਟਿਊਟਾ ਚ ਬਹਿ ਕੇ ਮੰਗਦੇ ਨੇ ਤਰੀਕਾ ਬਾਜੀ ਹੈ ਦੇਖੋ ਗੱਡੀ ਕਿਵੇਂ ਮੰਗਣੀ ਕਾਰ ਮੈਂ ਤਰੀਕਾ ਦੱਸਿਆ ਕਰਕੇ ਇਹਦੇ ਨਾਲ ਦੋ ਫਾਇਦੇ ਨੇ ਕੀ ਜੀ ਬੰਦਾ ਖੁਸ਼ਕੀ ਚ ਵੀ ਮੰਗ ਸਕਦਾ ਪਾਣੀ ਚ ਵੀ ਮੰਗ ਸਕਦਾ ਤੁਸੀਂ ਦਰਿਆ ਤੇ ਚਲੇ ਜਾਓ ਤੁਸੀਂ ਖੁਸ਼ਕੀ ਤੇ ਹੈਗੀ ਹੈ ਤੁਹਾਡੇ ਕੋਲ ਮੈਂ ਕੀ ਕਰਾਂ ਲਾ ਜੀ ਕਾਰ ਕਿਵੇਂ ਮੰਗਣੀ ਹੈ ਅੱਛਾ ਇਹ ਹੱਥ ਪਾਣਾ ਸ਼ੀਸ਼ੇ ਨੂੰ ਪਿਛਲੇ ਨੂੰ ਕਿਹਦੇ ਨੂੰ ਆਪਣੇ ਨੂੰ ਕਿ ਕਿਸੇ ਨੂੰ ਕਾਰ ਤੇ ਸ਼ੀਸ਼ੇ ਨੂੰ ਅੱਛਾ ਅੱਛਾ ਉਹ ਜੇ ਸ਼ੀਸ਼ਾ ਨਾ ਹੋਵੇ ਤਾਂ ਫਿਰ ਸਲੰਸਰ ਚ ਫਸਾ ਦਿਓ ਆ ਤੁਸੀਂ ਕਾਰ ਹੱਥ ਪਾਉਣਾ ਕਿਸੇ ਵੀ ਕੰਮ ਚ ਪਾ ਦਿਓ ਲਾ ਜੀ ਇਹ ਹੱਥ ਕਾਰ ਦੇ ਪਿਛਲੇ ਸ਼ੀਸ਼ੇ ਨੂੰ ਅੱਛਾ ਇਹ ਹੱਥ ਮੰਗਣ ਲਈ ਤੇ ਪੈਰ ਅੰਦਰ ਪਾਉਣੇ ਨੇ ਪਹੀਏ ਥੱਲੇ ਨਾ ਆ ਜਾਣ ਮਤਲਬ ਇਹ ਵੇ ਪਾਰਟੀ ਨੂੰ ਦੱਸਣਾ ਕਿ ਜੀ ਇਹ ਪੈਰ ਇਸ ਤਰ੍ਹਾਂ ਨੇ ਇਹ ਪਹਿਲੋਂ ਪੈਰ ਥੱਲੇ ਆ ਚੁੱਕੇ ਨੇ ਇੱਕ ਵਾਰ ਇਹ ਜਿਹਦੇ ਕੋਲੋਂ ਮੰਗਣਾ ਪਹਿਲੇ ਉਹਦੇ ਨਾਲ ਸਲਾਹ ਕਰਨੀ ਹੈ ਪਹੀਆ ਰਹਿਣਾ ਫਿਰ ਅਗਲੇ ਕੋਲੋਂ ਫਿਰ ਅਗਲੇ ਕੋਲੋਂ ਭਾਈ ਜੀ ਕੋਈ ਪੁੱਛ ਵੀ ਪੈਂਦਾ ਨਾ ਕਿ ਜੀ ਤੁਹਾਡਾ ਕੀ ਤਰੀਕੇ ਕਰ ਰਿਹਾ ਦੱਸਣਾ ਪੈਂਦਾ ਬਿਲਕੁਲ ਬਿਲਕੁਲ ਚੱਲ ਇਹ ਕਾਰ ਮੰਗਣੀ ਹੱਥ ਪਏ ਹਟ ਜਾ ਮੌਲਾ ਮੌਲਾ ਇੱਕ ਰੁਪਈਆ ਦੇ ਇੱਕ ਰੁਪਈਆ ਦੇ ਦੇ ਛੇ ਰੁਪਈਆ ਦੇ ਇੱਕ ਰੁਪਈਆ ਦੇ ਦੇ ਮੌਲਾ ਦਾ ਇੱਕ ਰੁਪਈਆ ਦੇ ਲਓ ਜੀ ਇਹਦਾ ਇੱਕ ਫਾਇਦਾ ਹੋਰ ਵੀ ਹੈ ਕਿ ਜੇ ਰੁਪਈਆ ਨਾ ਦੇਗਾ ਨਾ ਕੋਈ ਤੇ ਬੰਦਾ ਘਰ ਤੇ ਪਹੁੰਚ ਜਾਏਗਾ ਘਰ ਪਹੁੰਚਣਾ ਕਮਾ ਕੇ ਨਾ ਜਾਣਾ ਅੱਛਾ ਤੇ ਤੂੰ ਘਰ ਨਾ ਜਾਣ ਨਹੀਂ ਕਮਾਈ ਬਾਹਰ ਹੀ ਖਰਚੀ ਜਾਈਏ ਤੇ ਨਹੀਂ ਤੇ ਕਮਾਓਗੇ ਨਹੀਂ ਤੇ ਘਰ ਕਿਵੇਂ ਜਾਓਗੇ ਘਰ ਪਏ ਨੇ ਪੈਸੇ ਮੇਰੀ ਗੱਲ ਸੁਣ ਕਮਾਉਣ ਤੇ ਗਏ ਅਸੀਂ ਲੰਮਿਆ ਪੈ ਕੇ ਡੱਬਾ ਲਾਣਾ ਨਾਰਕਲੀ ਵਿੱਚ ਮੇਰੀ ਫੁੱਫੀ ਦਾ ਪੁੱਤਰ ਹੈ ਉਹ ਤੁਹਾਡੇ ਵੱਲ ਵਿਆਉਣਾ ਪਰੇਸ਼ਾਨ ਕਿਉਂ ਹੋ ਗਏ ਤੁਹਾਡੇ ਚ ਰਿਵਾਜ ਨਹੀਂ ਸਾਡੇ ਚ ਵੱਟੇ ਦਾ ਕਰਦੇ ਨੀ ਕੋਈ ਨੀ ਉਹ ਵੀ ਨੌ ਭਰਾ ਨੇ ਕਿੰਨੇ ਕੁ ਬਿਠਾਓਗੇ ਇਹਦੇ ਨਾਲ ਗੱਲ ਸੁਣੋ ਜੇ ਉਹ ਨੌ ਭਰਾ ਨੇ ਨਾ ਤੁਸੀਂ ਇੱਕ ਚਲਾਕੀ ਕਰਨਾ ਤੁਸੀਂ ਇੱਕੋ ਹੀ ਬਿਠਾਈ ਜਾਣਾ ਮੈਂ ਪਤਾ ਤੇ ਕਰਨਾ ਭਰਾ ਹੀ ਨੇ ਨਾ ਵਧਾ ਨਹੀਂ ਦਿੱਤਾ ਬਸ ਬਹਾਨੇ ਪਾਉਣ ਡੇ ਨੇ ਇੰਜ ਮੰਗਣਾ ਜੀ ਅੱਛਾ ਮਾਉਲਾ ਦੇ ਨਾਂ ਦਾ ਇੱਕ ਰੁਪਈਆ ਸਖੀਆ ਦੇਂਦਾ ਜਾ ਇਹ ਮਾਉਲਾ ਦੇ ਨਾਂ ਦਾ ਇੱਕ ਸਖੀਆ ਰੁਪਈਆ ਦਿੰਦਾ ਜਾ ਇਹ ਮਾਉਲਾ ਨੇ ਬੜਾ ਦਿੱਤਾ ਹੈ ਇਹ ਮੰਗਦਾ ਨਹੀਂ ਇਹਨੂੰ ਸਾਰਿਆਂ ਤਵੀਤ ਪਾਏ ਸਾਰਿਆਂ ਤਵੀਤ ਪਾਏ ਨੇ ਮੁੜ ਕੇ ਆਪੇ ਖਬਰ ਲੈਣ ਆਏ ਨੇ ਇਹ ਤੇ ਸਾਰਾ ਨਾ ਇਹ ਮਾਮਾ ਸਾਰਾ ਸਾਡੇ ਕੋਲ ਕੰਮ ਸਿੱਖਣ ਆਇਆ ਸੀ ਰਿਸ਼ਤੇਦਾਰੀਆਂ ਨੀ ਤੇਰੇ ਨਾਲ ਗੰਨੇ ਰਾਏ ਇਹ ਦੇਖ ਗੌਰ ਨਵੇਂ ਆ ਕੇ ਮੰਗਦਾ ਨੀ ਲੱਕ ਥੱਲੇ ਰੱਖ ਕੇ ਸਿਗਰਟ
ਐਡੀ ਡੀਪਲੀ ਕਿਉਂ ਸੋਚਦੇ ਹੋ? ਮਰਜ਼ੀ ਮੇਰੀ ਬਈ, ਇਹ ਮੰਗਦਾ ਨਹੀਂ ਹੈ, ਮੰਗਦਾ ਨਹੀਂ, ਸੱਪ ਨੂੰ ਗੋਲੀ ਵੱਜੀ ਤੇ ਭਾਂਜੇ ਦਾ ਇਲਾਜ ਕਰਾਓ। ਇਹ ਉਹ ਲੋਕ ਨੇ ਜਿਹਨਾਂ ਨੇ ਮਾਂ ਪਿਓ ਨੂੰ ਦੁੱਖ ਦਿੱਤੇ ਨੇ। ਆਹ ਜੀ, ਤੁਸੀਂ ਤਾਂ ਮਾਂ ਪਿਓ ਨੂੰ ਪਜਾਰੋਂ ਲੈ ਕੇ ਦਿੱਤੀਆਂ ਨੇ। ਅੱਛਾ ਜੀ, ਹਾਂਜੀ, ਮੈਂ ਹੁਣ ਮਾਰਾਂ ਵੇ ਤੈਨੂੰ ਦੱਸਾਂ, ਮਾਂ ਨਾ ਸੱਸਾਂ ਵਰਗਾ ਮੂੰਹ ਤੁਹਾਡਾ ਭਰਾ ਕਰੋ। ਲਸ਼ਕਾਰਾ ਪੈਂਦਾ ਯਾਰ, ਯਾਰ ਮੈਂ ਮਿੱਟੀ ਲਿਆਵਾਂਗੀ ਇੱਥੇ ਲਾਵਾਂ। ਅੱਛਾ ਜੀ, ਆਖਰੀ ਤੁਹਾਡਾ ਕੰਮ ਹੈ, ਬਸ ਆਖਰੀ ਥੋੜਾ ਜਿਹਾ ਵੇਖੋ, ਇਹ ਇੰਜ ਮੰਗਵਾਇਆ ਕਰੋ, ਐ ਵੇਖੋ ਫਟਾਫਟ ਵਧਾਈਆਂ ਮੰਗੋ। ਅਜੇ ਅਜੇ ਮੈਂ ਇਹਨੂੰ ਛੇੜੀ ਆ, ਕਿਉਂ ਖੁਸਰਾ ਜੇ ਗਿੱਲਾ ਯਾਰ, ਤੂੰ ਤੇ ਸਾਡੇ ਇੰਜ ਕਹਿ ਕੇ ਵਾਲਾਂ ਨੂੰ ਕਰ ਲੈਂਗਾ ਤੇ ਮੈਂ ਕੀ ਕਰਾਂਗਾ, ਤੂੰ ਇੰਜ ਕਰੀ ਰਹਿਣ ਦੇ, ਜਿਹੜੇ ਹੈ ਨੇ ਉਹ ਵੀ ਉੱਡ ਜਾਣਾ, ਇੰਜ ਕਰੀ ਛੱਡ, ਅਸੀਂ ਆਪਣੀ ਸੁਖੀ ਸਿੱਖ ਲਾਂਗੇ ਤਰੀਕਾ ਤੂੰ। ਨਹੀਂ ਨਹੀਂ ਨਹੀਂ, ਅਸੀਂ ਤੇਰੇ ਕੋਲੋਂ ਕੁਛ ਨੀ ਸਿੱਖਣਾ ਭਾਈ, ਫਿਰ ਅਸੀਂ ਆਪੇ ਕਰਦੇ, ਅਸੀਂ ਆਪ ਹੀ ਪਤਾ ਕਰਦੇ ਉਹ ਕਰ ਨੂੰ ਲਿਆ ਦਫਾ ਜਾ, ਕੋਈ ਕੰਮ ਕਰਿਆ ਕਰ ਜਾ। ਤੁਸੀਂ ਬੜੇ ਚੌੜੇ ਹੋ ਕੇ ਪਏ ਹੋ, ਮੁਝੇ ਅਕੇਲਾ ਛੋੜ ਕੇ ਚਲੀ ਗਈ, ਅਬ ਕਿਆ ਲੈਣੇ ਆਈ ਹੋ?